ਭਾਵੇਂ ਅੱਜ ਅਸੀਂ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ, ਪਰ ਅੱਜ ਵੀ ਇਨਸਾਨ ਇਨਸਾਨ ਦਾ ਵੈਰੀ ਬਣਿਆ ਹੋਇਆ ਹੈ। ਰਿਸ਼ਤਿਆਂ ਵਿੱਚ ਦੂਰੀ ਇੰਨੀ ਕੁ ਵੱਧ ਚੁੱਕੀ ਹੈ ਕਿ ਭਰਾ ਭਰਾ ਦੇ ਖੂਨ ਦਾ ਪਿਆਸਾ ਹੋ ਚੁੱਕਿਆ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਫਾਜ਼ਿਲਕਾ ਵਿੱਚ ਸਾਹਮਣੇ ਆਇਆ ਹੈ, ਜਦੋਂ ਘਰ ਵਿੱਚ ਹੋਈ ਤਕਰਾਰ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਨੂੰ ਮੌਤ ਦੀ ਨੀਂਦ ਸਵਾ ਦਿੱਤਾ। ਇਸ ਸੰਬੰਧੀ ਫਾਜ਼ਿਲਕਾ ਦੇ DSP ਜਗਦੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੀਤੇ ਦਿਨ ਇੱਕ ਸੈਂਟਰੋ ਕਾਰ ਜੋ 26/9/2019 ਨੂੰ ਪਿੰਡ ਜੰਡਵਾਲਾ ਮੀਰਾ ਸੰਗਲਾ ਕੋਲ ਗੰਗ ਕਨਾਲ ਨਹਿਰ ਵਿੱਚ ਡਿੱਗ ਗਈ ਸੀ। ਕਾਰ ਵਿੱਚ ਸਵਾਰ ਸੁਰਿੰਦਰ ਸਿੰਘ, ਉਸਦੀ ਪਤਨੀ ਕੁਲਵਿੰਦਰ ਕੌਰ, 3 ਲੜਕੀਆਂ ਅਤੇ 1 ਲੜਕਾ ਅਤੇ ਸੁਰਿੰਦਰ ਸਿੰਘ ਦੀ ਮਾਤਾ ਵਾਸੀ ਅਮਰਪੁਰਾ ਦੀ ਡੁੱਬਣ ਨਾਲ ਮੌਤ ਹੋ ਗਈ ਸੀ, ਜਦਕਿ ਕਾਰ ਚਾਲਕ ਮ੍ਰਿਤਕ ਦਾ ਭਰਾ ਬਲਵਿੰਦਰ ਸਿੰਘ ਬਚ ਗਿਆ ਸੀ। ਸ਼ੱਕ ਦੇ ਬਿਨਾਂ ਤੇ ਬਲਵਿੰਦਰ ਸਿੰਘ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਕਿਵੇਂ ਬਲਵਿੰਦਰ ਸਿੰਘ ਨੇ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਜਾਣ ਬੁੱਝ ਕੇ ਇਹਨਾਂ ਨੂੰ ਮਾਰਿਆ ਅਤੇ ਆਪਣੀ ਕੁੱਟਮਾਰ ਦਾ ਬਦਲਾ ਲੈ ਲਿਆ। ਮ੍ਰਿਤਕ ਕੁਲਵਿੰਦਰ ਕੌਰ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਵੀ ਕਬੂਲ ਲਿਆ ਹੈ। ਫਾਜ਼ਿਲਕਾ ਤੋਂ HS ਆਜਮ ਵਾਲੀਆ ਦੀ ਵਿਸ਼ੇਸ਼ ਰਿਪੋਰਟ। 26 ਸਤੰਬਰ ਨੂੰ ਇੱਕ ਇੰਸੀਡੈਂਟ ਹੋਇਆ ਸੀ, ਗੰਗ ਕਨਾਲ ਨਹਿਰੇ ਜੰਡਾਲਾ ਮੀਰਾ ਸੰਗਲਾ, ਕਾਰ ਜਿਹੜੀ ਸੈਂਟਰੋ ਸੀ ਨਹਿਰ ਚ ਡਿੱਗ ਗਈ ਸੀ, ਜਿਸ ਵਿੱਚ ਇੱਕ ਪਰਿਵਾਰ ਦੇ 7 ਜਿਹੜੇ ਸੀਗੇ ਜੀ ਸੀ ਜੀ, 4 ਬੱਚੇ ਸੀ, 3 ਜੈਂਟਸ, 2 ਲੇਡੀਜ਼, 1 ਜੈਂਟ ਸੀਗੇ, ਉਹ ਜਿਹੜੇ ਡੁੱਬ ਕੇ ਮਰ ਗਏ ਸੀ। ਇੱਕ ਬੰਦਾ ਬਲਵਿੰਦਰ ਸਿੰਘ ਨਾਮ ਦਾ ਵਿਅਕਤੀ ਬਾਹਰ ਆ ਗਿਆ ਸੀ। ਉਸਨੇ ਸਟੇਟਮੈਂਟ ਦਿੱਤੀ ਸੀ ਵੀ ਇਹ ਜਿਹੜੀ ਗੱਡੀ ਮੇਰਾ ਭਾਈ ਚਲਾ ਰਿਹਾ ਸੀ ਅਤੇ ਅਸੀਂ ਪਰਿਵਾਰ ਜਿਹੜਾ ਮੱਥਾ ਟੇਕਣ ਜਾ ਰਿਹਾ ਸੀ ਅਤੇ ਇੱਥੇ ਗੱਡੀ ਦਾ ਸਟੇਅਰਿੰਗ ਲੌਕ ਹੋ ਗਿਆ, ਮੈਂ ਜਿਹੜਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆ ਅਤੇ ਬਾਕੀ ਪਰਿਵਾਰ ਜਿਹੜਾ ਵਿੱਚ ਟੁੱਟ ਗਿਆ। ਉਹ ਸਾਨੂੰ ਸ਼ੱਕ ਪੈਣ 'ਤੇ ਅਸੀਂ ਮੌਕੇ 'ਤੇ ਜਾ ਕੇ ਤਸਦੀਕ ਕੀਤਾ, ਉੱਥੇ ਉਦਾਂ ਡੈਮੋ ਕੀਤਾ ਵੀ ਗੱਡੀ ਲੌਕ ਹੋ ਕੇ ਮੁੜ ਸਕਦੀ ਜਾਂ ਨਹੀਂ, ਉੱਥੋਂ ਪਤਾ ਲੱਗਿਆ ਵੀ ਨਹੀਂ ਇਹ ਝੂਠ ਬੋਲ ਰਿਹਾ। ਕੁਛ ਫਿਰ ਇਹ ਵੈਰੀਫਾਈ ਹੋ ਗਿਆ ਵੀ ਗੱਡੀ ਜਿਹੜਾ ਇਹ ਨਹੀਂ ਸੀ, ਮਤਲਬ ਇਹਦਾ ਭਾਈ ਨਹੀਂ ਸੀ, ਇਹ ਆਪ ਖੁਦ ਚਲਾ ਰਿਹਾ ਸੀ, ਇਹ ਝੂਠ ਮਾਰ ਰਿਹਾ ਸੀ। ਫਿਰ ਇੱਕ ਸਾਡੇ ਕੋਲ ਐਵੀਡੈਂਸ ਆਈ, ਇਹਦੀ ਜਿਹੜੀ ਮਰਨ ਵਾਲਾ ਜਿਹੜਾ ਭਾਈ ਸੀ, ਉਹਦੀ ਸੱਸ ਨੇ ਦੱਸਿਆ ਵੀ ਜਦੋਂ ਸੈਕਿੰਡ ਟਾਈਮ ਇਹ ਫੇਰੀ ਲਾਉਣ ਗਏ ਸੀ, ਉੱਥੇ ਇਹਨੇ ਗੱਡੀ ਰੋਕ ਕੇ 15-20 ਮਿੰਟ ਉੱਥੇ ਰੈਕੀ ਕੀਤੀ ਵੀ ਕਿੱਦਾਂ। ਉਹ ਇਸ ਤਰ੍ਹਾਂ ਕੁਛ ਕਾਫੀ ਜਿਹੜੀ ਐਵੀਡੈਂਸ ਇਹਦੇ ਅਗੇਂਸਟ ਆ ਗਈ, ਜਦੋਂ ਉਹ ਸ਼ੱਕ ਦੀ ਬਣਾ 'ਤੇ ਫਿਰ ਇਹਦੇ ਘਰ ਵਾਲਿਆਂ ਨੇ ਵੀ ਕੰਪਲੇਂਟ ਕੀਤੀ ਵੀ ਹਾਂ ਵੀ ਸਾਨੂੰ ਡਾਊਟ ਹੈ, ਤੁਸੀਂ ਇਹਦੀ ਪੜਤਾਲ ਕਰੋ। ਜਦੋਂ ਅਸੀਂ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਹ ਮੰਨ ਗਿਆ ਕਿ ਇਹਨੂੰ ਕਰੀਬ 2 ਮਹੀਨੇ 1.5 ਮਹੀਨੇ ਪਹਿਲਾਂ ਘਰਦਿਆਂ ਨੇ ਇਹਨੂੰ ਕੁੱਟਿਆ ਸੀ, ਇਹਨਾਂ ਕੁੱਟਿਆ ਸੀ ਕਿ ਇਹਦੇ ਜਿਹੜੇ ਫੇਫੜਿਆਂ ਦੇ ਵਿੱਚ ਪਾਣੀ ਪੈ ਗਿਆ ਸੀਗਾ। ਉਹ ਕੁੱਟਦਾ ਇਹਨੇ ਬਦਲਾ ਲੈਣ ਲਈ ਅਤੇ ਆਪਦੀ ਜਿਹੜਾ ਘਰ ਸੀ ਇਹਦਾ, ਉਹ ਘਰਵਾਲੀ ਇਹਨੂੰ ਛੱਡ ਕੇ ਤਰੀ ਗਈ ਸੀ, ਉਹ ਸ਼ਰੰਜਿਸ਼ ਆ ਕੇ ਇਹਨੇ ਪਰਿਵਾਰ ਜਿਹੜਾ ਉਹ ਖਤਮ ਕਰਤਾ। ਇਹਨੂੰ ਜਿਹੜਾ ਲੜਕੀ ਵਰਗੀ ਸੀ ਕੁਲਵਿੰਦਰ ਕੌਰ, ਉਹਦੇ ਬਾਪ ਹਰਬੰਸ ਸਿੰਘ ਪੱਕਾ ਚਿਸ਼ਤੀ ਦਾ, ਉਹਦੇ ਬਿਆਨ 'ਤੇ ਅਸੀਂ ਮੁਕਦਮਾ ਨੰਬਰ 123 ਜਿਹੜਾ ਅੰਡਰ ਸੈਕਸ਼ਨ 302 IPC ਇਹਦੀ ਬਲਵਿੰਦਰ ਸਿੰਘ ਦੇ ਵਰਕ ਲਾਪ ਦਰਜ ਕਰਕੇ ਕੱਲ੍ਹ ਇਹਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਹੋਰ ਰਿਮਾਂਡ ਕਰਾਂਗੇ। ਮਰਨ ਵਾਲਿਆਂ 'ਚ ਕੌਣ ਕੌਣ ਰਿਸ਼ਤੇਦਾਰ ਸੀਗੇ ਜੀ ਇਹਨਾਂ 'ਚ? ਮਰਨ ਵਾਲਿਆਂ 'ਚ ਇਹ ਬਲਵਿੰਦਰ ਸਿੰਘ ਸੀ ਜਿਹੜਾ, ਇੱਕ ਇਹਦਾ ਭਾਈ ਸੀ, ਇੱਕ ਇਹਦੀ ਜਿਹੜਾ ਸੁਰਿੰਦਰ ਸਿੰਘ ਸੀ ਉਹਦੀ ਵਾਈਫ ਸੀ, 3 ਉਹਦੇ ਬੱਚੇ ਸੀ, 2 ਲੜਕੀਆਂ, 1 ਲੜਕਾ, 1 ਉਹਦੀ ਮਦਰ ਸੀ। ਇੱਕ ਇਹ ਬਲਵਿੰਦਰ ਸਿੰਘ ਦਾ ਖੁਦ ਦਾ ਬੇਟਾ ਸੀ ਜਿਹੜਾ ਕਿ ਪੋਲੀਓ ਸੀ, ਉਹਨੂੰ ਅਪਾਹ ਸੀ। ਟੋਟਲ 7 ਜਿਹੜੇ ਬੰਦੇ ਸੀ ਉਹ ਮਰਨ ਵਾਲੇ ਸੀ। ਸਰ ਜਿਹੜੀ ਮਾਰਕੁੱਟ ਦਾ ਸੀਗਾ ਮਾਮਲਾ, ਉਹ ਕਾਹਦੇ ਕਾਰਨ ਹੁੰਦੀ ਸੀਗੀ ਮਾਰਕੁੱਟ ਜੀ? ਇਹਦੀ ਪਰਿਵਾਰ ਕਿਉਂ ਮਾਰਕੁੱਟ? ਇਹ ਅਜਾਸ਼ੀ ਬੰਦਾ ਸੀ, ਲੋਫਰ ਟਾਈਮ ਦਾ ਬੰਦਾ ਸੀ, ਘਰੋਂ ਪੈਸੇ ਕੱਢ ਕੇ ਲੈ ਜਾਂਦਾ ਸੀ, ਦਾਰੂ ਪੀ ਕੇ ਘਰੇ ਆ ਕੇ ਖਰਾਬੀ ਕਰਦਾ ਸੀ, ਤੰਗ ਪਰੇਸ਼ਾਨ ਕਰਦਾ ਸੀ, ਇਸ ਵਜ੍ਹਾ ਕਰਕੇ ਕੁੱਟਮਾਰ। ਕੋਈ ਜਾਇਦਾਦ ਦਾ ਲਾਲਚ ਨਹੀਂ, ਜਾਇਦਾਦ ਤਾਂ ਗਰੀਬ ਪਰਿਵਾਰ ਹੈ, ਕੋਈ ਲਾਲਚ ਨਹੀਂ ਹੈਗਾ, ਡਿਪੂ ਹੈ, ਲੇਕਿਨ ਇਹਨੇ ਜਿਹੜੀ ਇਹਦੀ ਕੁੱਟਮਾਰੀ ਇੰਨੀ ਕੀਤੀ ਹੋਈ ਸੀ ਕਿ ਇਹ ਤੋਂ ਬਰਦਾਸ਼ਤ ਨਹੀਂ ਹੋਈ, ਉਹਦੀ ਅਦਾਲਤ ਨੇ ਬਦਲਾ ਲੈਣ ਦੀ ਗੱਲ। ਸਰ ਸਾਜਿਸ਼ ਕਿਵੇਂ ਰਚੀ ਜੀ ਇਹਨੇ, ਕਿ ਕਿਸ ਪਲੈਨਿੰਗ ਦੇ ਨਾਲ ਇਹਨੂੰ ਅੰਜਾਮ ਦਿੱਤਾ ਗਾ? ਸਾਜਿਸ਼ ਇਹਦੇ ਦਰਸ਼ਨ ਮੁਤਾਬਕ ਵੀ ਇਹ ਜਦੋਂ ਉੱਥੇ ਇੱਕ ਬਾਬਾ ਅੜੱਕਾ ਚ ਕੀ ਉੱਥੇ ਇਹ ਸਮੇਤ ਪਰਿਵਾਰ ਮੱਥਾ ਟੇਕਣ ਜਾਂਦੇ ਨੇ, ਫਸਟ ਟਾਈਮ ਜਦੋਂ ਗਿਆ, ਸੈਕਿੰਡ ਟਾਈਮ ਇਹਦੇ ਦਿਮਾਗ ਦੇ ਵਿੱਚ ਉੱਥੇ ਆ ਗਿਆ, ਨਹਿਰ ਦੇ ਉੱਤੇ ਖੜੇ ਆ, ਨਹਿਰ ਤੇ ਖੜ ਕੇ ਇਹਨੇ ਉੱਥੇ ਰੈਕੀ ਕੀਤੀ, ਇਹਦੇ ਦਿਮਾਗ 'ਚ ਆਇਆ ਵੀ ਇੱਥੇ ਕਿਉਂ ਨਾ ਵੀ ਜਿਹੜਾ ਬਦਲਾ ਲੈਣ ਦੀ, ਇਹਦੇ 'ਚ ਨਹਿਰ ਦੇ ਵਿੱਚ ਜਿਹੜੀ ਕਾਰ ਸਿੱਟ ਦਿੱਤੀ ਆ। ਉਸੇ ਪਲਾਨ ਦੇ ਤਹਿਤ ਇਹ ਫਿਰ ਉਸ ਦਿਨ ਆਇਆ, ਉੱਥੋਂ ਗੱਡੀ ਜਦੋਂ ਮੋੜ ਕੇ ਸਟੇਅਰਿੰਗ ਦਾ ਬਹਾਨਾ ਲਗਾ ਕੇ ਇਹਨੇ ਰੇਸ ਦੇ ਕੇ ਨਹਿਰ 'ਚ ਸਿੱਟੀ, ਅਤੇ ਜਿਹੜਾ ਸ਼ੀਸ਼ਾ ਸੀ ਇਹਨੇ ਪਹਿਲਾਂ ਹੀ ਬਰੋਕ ਕੀਤਾ ਹੋਇਆ ਸੀ ਕਾਰ ਦਾ, ਤਾਂ ਕਿ ਉਹ ਜਦੋਂ ਇਹਨੇ ਸੁਣ ਮਾਰਿਆ ਸ਼ੀਸ਼ਾ ਟੁੱਟ ਗਿਆ ਅਤੇ ਇਹ ਬਾਹਰ ਨਿਕਲਿਆ। ਸਰ ਆਰੋਪੀ ਦੀ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਵੀ ਹੈ? ਨਹੀਂ, ਹਜੇ ਇਹਦੀ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹੈਗੀ ਹੈ, ਹਜੇ ਇਹਦੀ ਹੁਣ ਰਿਮਾਂਡ ਲਵਾਂਗੇ, ਪੁੱਛ ਪੜਤਾਲ ਕਰਾਂਗੇ, ਅਤੇ ਜੋ ਅੱਗੇ ਤਬਦੀਲ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤੀ। ਕੋਈ ਮਾਨਸਿਕ ਰੋਗੀ ਵੀ ਹੈ ਜੀ? ਮਾਨਸਿਕ ਰੋਗੀ ਨਹੀਂ ਹੈ, ਇਹ ਮਤਲਬ ਅਯਾਸ਼ੀ ਕਿਸਮ ਦਾ ਬੰਦਾ, ਜਿਹਨੂੰ ਕਹਿੰਦੇ ਦਾਰੂ ਪੀ ਲੈਣੀ ਅਤੇ ਘਰੇ ਕੰਮ ਕੋਈ ਨਹੀਂ ਕਰਨਾ, ਚੰਗੇ ਕੱਪੜੇ ਪਾ ਕੇ ਤੁਰਾ ਫਿਰਾ ਕਰਨਾ, ਕਰਦਾ ਨਾਲ ਲੜਨਾ। ਜੋ ਇਸ 'ਤੇ ਪਰਚਾ ਦਰਜ ਹੈ ਉਹਨੂੰ ਅਪਡੇਟ ਕੀਤਾ ਗਿਆ ਸਰ, ਜੋ ਕਹਿੰਦੇ ਪਰਚਾ ਦਰਜ ਇਸ ਮਾਮਲੇ 'ਚ? ਹਾਂਜੀ, ਪਹਿਲਾਂ ਪਰਚਾ ਨਹੀਂ, ਪਹਿਲਾਂ DDR ਪਾ ਕੇ
174 ਦੀ ਕਾਰਵਾਈ ਜਿਹਨੂੰ ਆਪਾਂ ਕਹਿੰਦੇ ਹਾਂ ਨੈਚੁਰਲ ਡੈਥ ਹੋਣ 'ਤੇ ਕੀਤੀ ਗਈ ਸੀ, ਲੇਕਿਨ ਜਿਹੜੀ ਨੈਚੁਰਲ ਨਹੀਂ ਸੀ ਅਨਨੈਚੁਰਲ ਡੈਥ ਹੈ ਉਸਦੇ ਤਹਿਤ 302 ਦਾ FIR ਹੋ ਗਿਆ। ਹੁਣ ਅੱਜ ਇਹਨੂੰ ਪੇਸ਼ ਕਰ ਦਿੱਤਾ ਗਿਆ ਸਰ? ਨਹੀਂ, ਹਜੇ ਪੇਸ਼ ਕਰਾਂਗੇ, ਪੇਸ਼ ਕਰਨ ਤੋਂ ਬਾਅਦ ਵਾਰ ਲਵਾਂਗੇ। ਸਿਰ ਪਹਿਲੇ ਦਿਨ ਤੋਂ ਇਹ ਟਾਰਗੇਟ 'ਤੇ ਸੀਗਾ ਪੁਲਿਸ ਦੇ ਕਿ ਬਾਅਦ 'ਚ ਆਇਆ ਜੀ ਇਹ? ਨਹੀਂ, ਪਹਿਲੇ ਦਿਨ ਟਾਰਗੇਟ ਵੀ ਸ਼ੱਕ ਥੋੜ੍ਹਾ ਜਿਹਾ ਸੀਗਾ, ਲੇਕਿਨ ਉਸ ਤੋਂ ਬਾਅਦ ਕਿਉਂਕਿ ਉਹ ਦਿਖਾਂਤ ਹੀ ਇੱਦਾਂ ਦਾ ਸੀਗਾ ਵੀ ਬਹੁਤਾ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਸੀ, ਲੇਕਿਨ ਜਦੋਂ ਘਰਦਿਆਂ ਨੇ ਵੀ ਸਾਨੂੰ ਕੁਛ ਗੱਲਾਂ ਦੱਸੀਆਂ ਉਸ ਕਰਕੇ ਸਾਨੂੰ ਜਿਹੜਾ ਪੁਲਿਸ ਨੂੰ ਇੱਥੇ ਹੋਰ ਜ਼ਿਆਦਾ ਡਾਊਟ ਹੋ ਗਿਆ। ਘਰੇ ਲੜਾਈ ਹੋ ਗਈ ਸੀ, ਗੁੱਸੇ ਗੁੱਸੇ ਗੱਡੀ ਨਹਿ ਰਹੇ ਸਾਫ ਕੀ ਰੌਲਾ ਕੀ ਸੀਗਾ? ਦੋ ਮਹੀਨੇ ਪਹਿਲਾਂ ਮੈਨੂੰ ਕੁੱਟਿਆ ਸੀਗਾ, ਬਹੁਤ ਜ਼ਿਆਦਾ ਕੁੱਟਿਆ ਸੀਗਾ। ਕਿਉਂ ਕੁੱਟਦੇ ਸੀ ਤੈਨੂੰ? ਹਾਂਜੀ, ਕਿਉਂ ਕੁੱਟਦੇ ਸੀ? ਮੈਂ ਜੀ ਕਿਤੇ ਰਿਸ਼ਤੇਦਾਰਾਂ ਵਾਲੇ ਚਲਾ ਗਿਆ ਜੀ, ਉੱਥੇ ਦੋ ਚਾਰ ਦਿਨ ਰਿਹਾ ਜੀ, ਇੱਕ ਦੋ ਪੈਗ ਪੁੱਗ ਲਾ ਲਏ, ਕਰਿਆ ਅੱਧੇ ਦਿਨ ਦਿਨ ਬਹੁਤ ਕੁੱਟਿਆ ਜੀ। ਨਹੀਂ ਤੂੰ ਆ ਗਏ ਸਕੇ ਪੁੱਤਰ ਨੂੰ ਵੀ ਜੇ ਸਿਰ ਤਾਂ ਨਾਲ ਹੀ? ਹਾਂਜੀ। ਨਹੀਂ, ਕੌਣ ਕੌਣ ਸੀਗੇ ਮਰਨ ਵਾਲੇ? ਤੁਹਾਡੇ ਕੀ ਲੱਗੇ? ਬਰਦਰ ਸੀਗਾ, ਉਹਦੇ ਘਰ ਦੇ ਸੀਗੇ, ਉਹਦੇ ਬੱਚੇ, ਇੱਕ ਮਾਤਾ ਸੀ, ਇੱਕ ਮੇਰਾ ਲੜਕਾ ਸੀ। ਤੈਨੂੰ ਮਾਂ ਅਤੇ ਪੁੱਤਰ ਅਤੇ ਤਰਸ ਨਹੀਂ ਆਇਆ? ਤਰਸ ਤਾਂ ਆਇਆ ਸੀ, ਫਿਰ ਮੈਂ ਪਹਿਲਾਂ ਮੈਂ ਸੋਚਿਆ ਸੀ ਦਿਮਾਗ ਵੈਸੇ ਕਦੋਂ ਪਲਾਨ ਇਹਨਾਂ ਨੂੰ ਮਾਰਨ ਦਾ? ਮਹੀਨਾ ਹੋ ਗਿਆ। ਸਾਰੇ ਪਰਿਵਾਰ ਨੂੰ ਇਕੱਠਾ ਕਿਵੇਂ ਕੀਤਾ? ਉਹ ਅੱਛਾ ਡਿੱਗੀ ਰੱਬੋ ਹੀ ਚੱਲੇ ਸੀ। ਅੱਛਾ, ਅਤੇ ਫਿਰ ਕਿਵੇਂ ਛੱਟੀ ਕਾਰ ਕਿਵੇਂ ਛੱਟੀ? ਨਸ਼ਾ ਵੀ ਕਰਦਾ ਤੂੰ? ਅਫਸੋਸ ਹੈਗਾ ਤੈਨੂੰ ਇਸ ਵਾਰ ਦਾ ਕਰਨ ਤੋਂ ਬਾਅਦ? ਬਹੁਤ ਅਫਸੋਸ ਹੈ ਜੀ, ਬਹੁਤ ਅਫਸੋਸ। ਮੈਂ ਗਲਤੀ ਕਰਦਾ ਸਾਰਿਆਂ। ਅਤੇ ਬਾਹਰ ਨਿਕਲਣ ਤੋਂ ਬਾਅਦ ਪਹਿਲਾਂ ਫੋਨ ਕਿਹਨੂੰ ਕੀਤਾ ਸੀਗਾ? ਕਿਹਨੂੰ ਸੂਚਨਾ ਦਿੱਤੀ ਕਿ ਆ ਵਾਰਦਾਤ ਹੋ ਗਈ? ਉਹ ਫੁੱਫੜ ਜੀ ਉਹਨਾਂ ਨੂੰ ਕੀਤਾ ਸੀ, ਉਹ ਪੱਤਰੇ ਵਾਲੇ।